ਅੰਦਰ ਦਾ ਇਲਾਜ ਨਾ ਕਰਾ ਸਕੇ। ਬਿਲਾਲ ਉੱਤੋਂ ਕਾਲਾ ਸੀ ਪਰ ਅੰਦਰ ਦਾ ਇਲਾਜ ਨਿਗਾਹੇ ਮੁਸਤਫਾ ਨਾਲ ਹੋ ਗਿਆ। ਇਮਾਨ ਨਾਲ ਜਦੋਂ ਨਿਗਾਹਾਂ ਦੀ ਜ਼ਰਬ ਲੱਗ ਜਾਏ ਨਾ ਤੇ ਫਿਰ ਗੱਲ ਬਣ ਜਾਂਦੀ। ਇਸੇ ਵਾਸਤੇ ਮੈਂ ਕਹਿਣਾ ਚਾਹੁੰਦਾ, ਚੋਰ ਉਸੇ ਘਰ ਜਾਂਦਾ ਜਿਹੜਾ ਸਮਾਨ ਨਾਲ ਭਰਿਆ ਹੋਵੇ, ਤੇ ਸ਼ੈਤਾਨ ਵੀ ਉਸੇ ਜਗ੍ਹਾ ਤੇ ਹਮਲਾ ਕਰਦਾ ਜਿਸ ਸੀਨੇ ਵਿੱਚ ਇਮਾਨ ਵੀ ਹੋਵੇ ਤੇ ਇਸ਼ਕ ਰਸੂਲ ਦੀ ਸ਼ਮਾ ਵੀ ਰੋਸ਼ਨ ਹੋਵੇ, ਤੇ ਸ਼ੈਤਾਨ ਉੱਥੇ ਹਮਲਾ ਕਰਦਾ। ਇਸ ਵਾਸਤੇ ਦਿਲ ਦੀ ਹਿਫਾਜ਼ਤ ਜ਼ਿਆਦਾ ਹੈ, ਤੇ ਜੇ ਆਪਣੇ ਆਪ ਤੁਸੀਂ ਹਿਫਾਜ਼ਤ ਨਾ ਕਰ ਸਕੋ ਤੇ ਮੁੜ ਦਿਲ ਦਾ ਕੋਈ ਚੌਕੀਦਾਰ ਬਣਾ ਲਓ, ਚੌਕੀਦਾਰ ਨਾਲ ਯਾਰੀ ਲਾ ਲਓ, ਤੁਹਾਡੇ ਦਿਲ ਦੀ ਹਿਫਾਜ਼ਤ ਹੋ ਜਾਏਗੀ ਸ਼ੈਤਾਨ ਦੇ ਹਮਲਿਆਂ ਦੀ। ਇਸੇ ਵਾਸਤੇ ਕਿਸੇ ਆਸ਼ਿਕ ਨੇ ਖੂਬ ਫਰਮਾਇਆ ਕਿ ਚੌਕੀਦਾਰ ਬਣਾ, ਅੱਲਾ ਵਾਂਗ ਨਾ ਰਹਿ, ਸੱਚਿਆਂ ਦੀ ਸੰਗਤ ਇਖਤਿਆਰ ਕਰ। ਇਸੇ ਵਾਸਤੇ ਮੈਂ ਦੱਸਣਾ ਚਾਹਣਾ, ਸਬਕ ਦੇਣ ਦੀ ਆਰਜ਼ ਕਰਨਾ ਕਹਿੰਦੀ ਦੋਸਤੀ ਕਹਿ ਰੋ ਨਾ।